ਹਾਂਜੀ ਸਤਿ ਸ਼੍ਰੀ ਅਕਾਲ ਜੀ। ਆ ਜਿਹੜੇ ਕੁਛ ਸਾਡੇ ਪੰਜਾਬੀ ਸਿੱਖ ਹੈ ਨਾ, ਜਿਹੜੇ ਹਿੰਦੂਆਂ ਨੂੰ ਬੜੀ ਨਫ਼ਰਤ ਦੀ ਨਿਗਾਹਾਂ ਨਾਲ ਦੇਖਦੇ ਆ, ਸੋ ਉਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ। ਔਰ ਬੜੇ ਫੈਨ ਹੈ ਉਹ ਗੁੰਡੇ ਬਦਮਾਸ਼ ਵਾਲੀ ਭਾਨੇ ਸਿੱਧੂ ਦੇ। ਭਾਨੇ ਸਿੱਧੂ ਦੀ ਜਿਹੜੀ ਭੈਣ ਹੈ ਨਾ, ਭਾਨੇ ਦੀ ਜਿਹੜੀ ਭੈਣ ਹੈ ਉਹ ਬਾਹਮਣ ਨੂੰ ਵਿਆਹੀ ਹੈ। ਇਹ ਪਤਾ ਤੁਹਾਨੂੰ ਬਾਹਮਣ ਕੌਣ ਹੁੰਦੇ ਆ? ਹਿੰਦੂ। ਤੇ ਮਗਰ ਲਾਉਂਦੇ ਹੋ ਸਿੱਧੂ ਭਾਨਾ ਵੀ ਮੈਂ ਜੱਟ ਆ। ਚਲੋ ਹੋਣਾ ਜੱਟ, ਅਸੀਂ ਕਹਿੰਦਾ ਕਹਿੰਦਾ ਨਹੀਂ ਹੋਣਾ, ਪਰ ਭੈਣ ਕਾਹਤੋਂ ਵਿਆਹ ਤੀ ਇੱਕ ਜੱਟ ਨੇ ਬਾਹਮਣਾਂ ਦੇ? ਬੜੀ ਸੋਚਣ ਵਾਲੀ ਗੱਲ ਆ। ਹੁਣ ਤੁਸੀਂ ਵੀ ਸਾਰੇ ਸੋਚ ਰਹੇ ਹੋਗੇ ਵੀ ਨੈਨਸੀ ਕੀ ਬੋਲੀ ਜਾਂਦੀ ਆ। ਸੋ ਭੈਣ ਉਹਨੇ ਇਸਨੇ ਵਿਆਹ ਤੀ, 100 ਕਿੱਲੇ ਜ਼ਮੀਨ ਦਾ ਰੋਲਾ ਸੀ ਉਸ ਡੇਰੇ ਦਾ। ਹੁਣ ਉਹਨੂੰ ਲੱਗਿਆ ਵੀ 100 ਕਿੱਲੇ ਹੱਥੋਂ ਨੀ ਜਾਣੇ ਚਾਹੀਦੇ, ਤੇ ਬਾਹਮਣਾਂ ਦੇ ਘਰ ਭੈਣ ਦੇ ਸੁੱਟੀ। ਕਿਹਦੇ ਸੁੱਟੀ? ਰੋਲਾ ਪਾਉਂਦੇ ਹਿੰਦੂਆਂ ਦਾ। ਸੋ 100 ਕਿੱਲੇ ਪਿੱਛੇ ਇੱਕ ਜੱਟ ਫੈਮਲੀ ਨੇ ਆਪਣੀ ਭੈਣ ਬਾਹਮਣਾਂ ਨੂੰ ਦੇਤੀ, ਮਤਲਬ ਉਹਨਾਂ ਦੇ ਘਰ ਵਿਆਹਤੀ। ਭਾਨੇ ਸਿੱਧੂ ਨੇ ਆਪਣੀ ਭੈਣ ਵਿਆਹਤੀ ਬਾਹਮਣਾਂ ਦੇ ਘਰ, 100 ਕਿੱਲੇ ਦਾ ਪੈਣੀ, 100 ਕਿੱਲੇ ਵਾਲਾ ਰੋਲਾ। ਕਿੰਨੀ ਸ਼ਰਮ ਦੀ ਗੱਲ ਹੈ ਇੱਕ ਜ਼ਮੀਨ ਪਿੱਛੇ। ਚਲੋ ਹਿੰਦੂ ਵੀ ਤਾਂ ਇਨਸਾਨ ਹੁੰਦੇ ਆ। ਜੇ ਮੈਂ ਆਪਣੀ ਸੋਚ ਦੱਸਾਂ, ਮੇਰੇ ਹਿਸਾਬ ਨਾਲ ਤਾਂ ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਮੇ ਸਭ ਭਾਈ ਭਾਈ, ਮੇਰੀ ਸੋਚ ਇਹ ਆ। ਹੁਣ ਉਹ ਜ਼ਮੀਨ ਦੇ ਪਿੱਛੇ ਇਹਨੇ ਆਪਣੇ ਜੀਜੇ ਨਾਲ ਰਲ ਕੇ ਉਹਦਾ ਭਰਾ ਮਰਵਾਇਆ, ਫਿਰ ਉਹ ਜਿਹੜਾ ਭਰਾ ਮਰਵਾਇਆ ਉਹਦੇ 2 ਬੇਟੀਆਂ ਸੀ ਨਾ, ਉਹਦੀ ਜ਼ਮੀਨ ਸਾਰੇ ਕਬਜ਼ਾ ਕੀਤਾ ਉਹਨਾਂ ਦੀ ਕੋਠੀ ਦੇ। ਹੁਣ ਪੰਜਾਬ ਸਰਕਾਰ ਯਾਨੀ ਕਿ ਸਾਡੇ CM ਸਾਹਿਬ ਭਗਵੰਤ ਮਾਨ ਜੀ, ਉਹਨਾਂ ਦੇ ਨੋਟਿਸ 'ਤੇ ਗੱਲ ਆ ਗਈ ਆ। ਉਹ ਪੂਰੀ ਕੋਸ਼ਿਸ਼ ਕਰ ਰਹੇ ਉਸ ਧੀਆਂ ਨੂੰ ਹੱਕ ਮਿਲਣਾ ਚਾਹੀਦਾ। ਸੋਚੋ ਜਿਹੜੇ ਬੰਦੇ ਨੇ 100 ਕਿੱਲੇ ਦੇ ਜ਼ਮੀਨ ਦੇ ਲਾਲਚ ਵਿੱਚ ਆਪਣੀ ਭੈਣ ਹਿੰਦੂਆਂ ਦੇ ਦੇਤੀ, ਜਿਹੜੇ ਬੰਦੇ ਨੇ ਪ੍ਰੋਪਰਟੀ ਦੇ ਲਾਲਚ ਵਿੱਚ ਆਪਣੀ ਭੈਣ ਬਾਹਮਣਾਂ ਦੇ ਵਿਆਹਤੀ, ਕਿੰਨਾ ਗਿਰਿਆ ਹੋਣਾ ਤੁਸੀਂ ਆਪ ਸੋਚ ਲਿਓ। ਹੁਣ ਭਾਨਾ ਸਿੱਧੂ ਬੋਲਣ ਜੋਗਾ ਨਹੀਂ ਹੈ, ਕਿਸੇ ਹਿੰਦੂ ਨੂੰ ਵੀ ਭਾਨਾ ਸਿੱਧਾ ਗਲਤ ਨਹੀਂ ਬੋਲ ਸਕਦਾ, ਕਿਉਂਕਿ ਦੀ ਭੈਣ ਵਿਆਹੀ ਆ ਹਿੰਦੂਆਂ ਦੇ। ਸੋ ਸ਼ਰਮ ਆਉਣੀ ਚਾਹੀਦੀ ਜੀ ਲੋਕਾਂ ਨੂੰ, ਸ਼ਰਮ ਆਉਣੀ ਚਾਹੀਦੀ ਕਿ ਪ੍ਰੋਪਰਟੀਆਂ ਜ਼ਮੀਨ ਜਾਇਦਾਦ ਪਿੱਛੇ ਆਪਣੇ ਸਾਰੀ ਜ਼ਮੀਨ ਆਪ ਖਾਣ ਦੇ ਚੱਕਰ, ਸਾਰਾ ਕੁਛ ਵੀ ਮੇਰੀ ਭੈਣ ਰਾਜ ਕਰੇ ਤੇ ਬਾਅਦ ਚ ਮੈਂ ਲੁੱਟ ਲਾਂ ਸਾਰਾ ਕੁਛ, ਤੇ ਦੂਜੀ ਕਿਸੇ ਦੀਆਂ ਧੀਆਂ ਨੂੰ ਤੁਸੀਂ ਸੜਕਾਂ ਤੇ ਲਿਆਉਂਦੇ ਹੋ, ਕਿੱਥੇ ਭਰੋਂਗੇ? ਇੱਥੇ ਹੀ ਭਰੋਂਗੇ। ਕਰਮਾ, ਕਰਮਾ ਸੁਣਿਆ? ਕਰਮਾ, ਕਰਮਾ ਦਾ ਚੱਕਰ ਬੜਾ ਖਤਰਨਾਕ ਹੈ। ਜਦੋਂ ਤੁਸੀਂ ਕਿਸੇ ਨਾਲ ਵੀ ਮਾੜਾ ਕਰਦੇ ਹੋ, ਬੁਰਾ ਕਰਦੇ ਹੋ, ਕਿਸੇ ਦਾ ਦਿਲ ਇੰਨਾ ਸਤਾਨੇ ਹੋ, ਇੰਨਾ ਦੁਖਾਨੇ ਹੋ, ਨਜਾਇਜ਼ ਕਿਸੇ ਦੇ ਮਗਰ ਹੱਥ ਧੋ ਕੇ ਪੈ ਜਾਂਦੇ ਹੋ, ਫਿਰ ਤੁਹਾਡਾ ਜਿਹੜਾ ਕਰਮਾ ਹੈ ਨਾ ਉਹ ਆਉਂਦਾ ਹੈ ਘੁੰਮ ਕੇ ਤੁਹਾਡੇ ਉੱਪਰ, ਉਹ ਤੁਹਾਥੋਂ ਸਭ ਕੁਛ ਭਰਾਉਂਦਾ ਹੈ, ਉਹੀ ਚੱਕਰ ਚੱਲਦਾ ਹੈ। ਫਿਰ ਮਹਾਰਾਜ ਤੁਹਾਨੂੰ ਕੋਈ ਨਾ ਕੋਈ ਰੋਗ ਲਾ ਦਿੰਦਾ ਜਾਂ ਤੁਹਾਨੂੰ ਹੋਸਪਿਟਲ ਸੁੱਟ ਦਿੰਦਾ, ਫਿਰ ਤੁਸੀਂ ਬੈੱਡ ਤੇ ਪਏ ਕਹਿੰਦੇ ਹੋ ਹਾਏ ਵਾਹਿਗੁਰੂ ਬਾਬਾ ਨਾਨਕ ਮੈਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ, ਮੈਨੂੰ ਬਚਾ ਲਾ। ਪਤਾ ਤੁਹਾਡੇ ਜ਼ਮੀਰ ਨੂੰ ਹੁੰਦਾ ਕਿ ਮਾੜਾ ਉਹ ਤੁਸੀਂ ਤਾਂ ਚਵਲ ਚੋਰੇ ਹੋ, ਇੰਨਾ ਮਾੜਾ ਕੀਤਾ ਕਿ ਕੋਈ ਮਤਲਬ ਜਿਹੜਾ ਇੱਕ ਵਿਆਹੀ ਦਰਿੰਦਾ ਹੁੰਦਾ ਨਾ ਉਹ ਵੀ ਕੰਬ ਜਾਂਦਾ ਹੋਣਾ ਵੀ ਇਹ ਇੰਨੇ ਮਾੜੇ ਧਰਤੀ ਤੇ ਮੈਂ ਬੰਦੇ ਭੇਜਦੇ ਆ। ਸੋ ਸ਼ਰਮ ਕਰੋ, ਅਕਲ ਦਾ ਘਾਟਾ ਕਰੋ, ਦੁਨੀਆਂ ਚ ਰਹਿਣਾ ਸਿੱਖੋ, ਗੁੰਡਾਗਰਦੀ ਬਦਮਾਸ਼ੀ ਕਰਨੀ ਬੰਦ ਕਰੋ। ਹੁਣ ਭਾਨਾ ਸਿੱਧੂ ਕਹਿ ਰਿਹਾ ਕਿ ਮੈਂ ਹੁਣ ਕਿਸਾਨੀ ਮੋਰਚੇ ਤੋਂ ਬਾਅਦ ਫੇਰ ਏਜੰਟਾਂ ਦੇ ਦੁਆਲੇ ਹੋਣਾ, ਉਹਨਾਂ ਦੀ ਖਾਤਰਦਾਰੀ ਕਰਨੀ ਹੈ ਲੱਗਦਾ। ਇੱਕ ਬਰਫ਼ ਦੀ ਸਿੱਲੀ ਉੱਤੇ ਲੇਟ ਕੇ ਤੇਰੇ ਠੰਡ ਨਹੀਂ ਪਈ ਹਲੇ, ਹਨਾ?
ਸੋ ਮੈਨੂੰ ਲੱਗਦਾ ਵੀ ਹੁਣ ਤੈਨੂੰ ਬਰਫ਼ ਦੀ ਸਿੱਲੀ ਤੇ ਨਹੀਂ ਲੁਟਾਉਣਾ, ਹੁਣ ਤੈਨੂੰ ਉਹਨਾਂ ਨੇ ਪਾਣੀ ਭਰ ਕੇ ਨਾ ਟੱਬ 'ਚ ਵਧੀਆ ਸਵਿਮਿੰਗ ਪੂਲ ਬਣਾ ਕੇ ਅਤੇ ਆਈਸ ਕਿਊਬ ਪਾ ਕੇ ਉਹਦੇ ਵਿੱਚ ਇਸ਼ਨਾਨ ਕਰਾਉਣਗੇ ਜੇ ਤੂੰ ਇੱਦਾਂ ਕਰੇਗਾ। ਸੋ ਰਿਕੁਐਸਟ ਹੈ ਮੇਰੀ ਪੰਜਾਬ ਦੇ ਸਾਰੇ ਏਜੰਟਾਂ ਤੋਂ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਔਰ ਮੈਨੂੰ ਇੰਨਾ ਪਿਆਰ ਮਾਨ ਸਤਿਕਾਰ ਮੈਨੂੰ ਮੇਰੀ ਫੈਨਸ ਬਖਸ਼ਦੇ ਨੇ, ਡਰਨਾ ਨਹੀਂ ਕਿਸੇ ਏਜੰਟ ਨੇ। ਅਗਰ ਕਿਸੇ ਵੀ ਏਜੰਟ ਨੂੰ ਤਾਂ ਭਾਵੇਂ ਸਿੱਧੂ ਦਾ ਫੋਨ ਆਉਂਦਾ ਨਾ, ਸਵੈਟਿੰਗ ਕਰਦਾ, ਸਾਰੇ ਆਪਣੇ ਫੋਨ ਤੇ ਕਾਲ ਰਿਕਾਰਡਿੰਗਸ ਲਾ ਲਓ। ਔਰ ਅਗਰ ਇਹ ਤੁਹਾਨੂੰ ਬੰਦਾ ਫੋਨ ਕਰਦਾ ਪੈਸੇ ਨੂੰ ਕਹਿੰਦਾ, ਸਿੱਧਾ ਪੁਲਿਸ ਕੰਪਲੇਂਟ ਕਰੋ, ਦੱਸੋ ਕਿ ਹਰੈਸਮੈਂਟ ਹੈ, ਥਰੈਟਿੰਗ ਕਰ ਰਿਹਾ ਫੋਨ ਤੇ, ਇਸ ਬੰਦੇ ਤੋਂ ਬਿਲਕੁਲ ਨਹੀਂ ਡਰਨਾ, ਔਰ ਫੋਨ ਡਿਸਕਨੈਕਟ ਕਰਕੇ ਨੰਬਰ ਬਲੌਕ ਕਰ ਦਿਓ। ਜਦੋਂ ਤੁਸੀਂ ਲੋਕ ਇਹਦੇ ਕੋਲੋਂ ਡਰੋਗੇ, ਡਰ ਕੇ ਤੁਸੀਂ ਨਹੀਂ ਵੀ ਕੁਛ ਗੁਨਾਹ ਕੀਤਾ, ਤੁਸੀਂ ਤਾਂ ਵੀ ਮੂਹਰੇ ਪੈਸੇ ਰੱਖੋਗੇ, ਇਹ ਜੇ ਲੋਕਾਂ ਦਾ ਮੂੰਹ ਪੈ ਜਾਏਗਾ ਪੰਜਾਬ ਦੇ ਵਿੱਚ, ਔਰ ਇਹ ਜੇ ਗੁੰਡੇ ਬਦਮਾਸ਼ਾਂ ਨੂੰ ਸਬਕ ਦੇਣ ਵਾਸਤੇ ਪੂਰੇ ਪੰਜਾਬ ਦੀ ਜਿੰਨੀ ਵੀ ਸੰਗਤ ਹੈ, ਜਿੰਨੇ ਵੀ ਲੋਕ ਨੇ ਪੰਜਾਬੀ ਨੇ, ਸਾਰਿਆਂ ਦਾ ਇਕੱਠਾ ਹੋਣਾ ਬਹੁਤ ਜ਼ਰੂਰੀ ਆ, ਤਾਂ ਹੀ ਇਹ ਜੋ ਲੋਕਾਂ ਨੂੰ ਲੈਸਨ ਮਿਲ ਸਕਦਾ। ਨਹੀਂ ਤਾਂ ਇਹ ਲੋਕ ਆਉਣ ਵਾਲੇ ਸਮੇਂ ਜੇ ਤੁਸੀਂ ਅੱਜ ਇਹਨਾਂ ਨੂੰ ਨੱਥ ਪਾਈ, ਇਹਨਾਂ ਨੂੰ ਬੜਾ ਪਛਤਾਓਗੇ, ਕਸਮ ਸੇ ਬਹੁਤਾ ਹੀ ਪਛਤਾਓਗੇ। ਤੋ ਨੱਥ ਡਾਲ ਲੀਜੀਏ ਇਨ ਦੋ ਬਲਦੋ ਕੋ, ਇੱਕ ਵੋ ਲੋਖਾ ਸਿਧਾਨਾ ਹੈ ਕਿ ਭਾਨਾ ਸਿੱਧੂ, ਬਹੁਤ ਸਾਰ ਮਿਕਸ ਬਰੀਡ, ਜੈ ਹਿੰਦ।